ਸਾਡਾ ਵਿਰੋਧ ਕਰਨਾ ਪ੍ਰੋਗਰਾਮ ਨਹੀਂਗਾ, ਇਹ ਮੈਂ ਸਪਸ਼ਟ ਕਰ ਦਿਆਂ। ਸਾਡਾ ਪ੍ਰੋਗਰਾਮ ਹੈ ਇਹਨਾਂ ਤੋਂ ਸਵਾਲ ਪੁੱਛਣੇ ਨੇ, ਸਾਡੇ ਸਵਾਲ ਹੀ ਇਹੋ ਜਿਹੇ ਨੇ ਕਿ ਸਾਡੇ ਸਵਾਲਾਂ ਦੇ ਜਵਾਬ ਦੇ ਹੀ ਨਹੀਂ ਸਕਣਗੇ। ਸਾਡਾ ਆਗੂ ਕਹਿ ਰਿਹਾ ਕਿ ਅਸੀਂ ਸਵਾਲ ਪੁੱਛਣੇ ਨੇ, ਸਾਡੇ ਸਵਾਲ ਜਵਾਬਾਂ ਦਾ ਸਵਾਲਾਂ ਦੇ ਜਵਾਬ ਦਵਾ ਦਿਓ। ਡਿਪਟੀ ਕਹਿ ਰਿਹਾ ਕਿ ਉਹ ਕਹਿੰਦਾ ਮੈਂ ਨਹੀਂ ਜਵਾਬ ਦੇਣੇ, ਮੈਂ ਨਹੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ। ਪਿੱਛੇ ਤੁਸੀਂ ਵੋਟਾਂ ਲਈਆਂ ਦੋ ਵਾਰੀ ਔਰ ਵਾਅਦੇ ਕਰਕੇ ਲਈਆਂ, ਤੁਹਾਡਾ ਵਾਅਦਾ ਸੀਗਾ ਕਿ ਹਰ ਇੱਕ ਨਾਗਰਿਕ ਦੇ ਖਾਤੇ ਦੇ ਵਿੱਚ 15 ਲੱਖ ਆਏਗਾ, ਕਾਲਾ ਧਨ ਲੈ ਕੇ ਆਵਾਂਗੇ, ਤੁਹਾਡਾ ਵਾਅਦਾ ਸੀ ਕਿਸਾਨਾਂ ਦੀ ਇਨਕਮ ਡਬਲ ਕਰਾਂਗੇ, ਤੁਹਾਡਾ ਵਾਅਦਾ ਸੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਤੁਹਾਡਾ ਵਾਅਦਾ ਸੀ ਕਿਸਾਨਾਂ ਦਾ ਕਰਜ਼ ਮਾਫ਼ ਕਰਾਂਗੇ, ਤੁਹਾਡਾ ਵਾਅਦਾ ਸੀ ਡਾਕਟਰ ਆਪਣਾ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਇਹ ਤੁਹਾਡੇ ਵਾਅਦੇ ਸੀ ਨਾ। ਸਾਡੇ 400 ਕਿਸਾਨ ਜ਼ਖਮੀ ਕੀਤੇ ਸਿੱਧੀਆਂ ਗੋਲੀਆਂ ਮਾਰ ਮਾਰ ਕੇ, 433 ਦੀ ਰਿਪੋਰਟ ਹੈ, ਔਰ ਉਸ ਤੋਂ ਅਗਲੇ ਪਾਸੇ ਇੱਕ ਨੌਜਵਾਨ ਸਾਡਾ ਸ਼ਹੀਦ ਹੋਇਆ। ਹੁਣ ਜੇ ਇਹ ਆ ਤਾਂ ਫਿਰ ਹੁਣ ਤਾਂ ਸਵਾਲ ਤਾਂ ਪੁੱਛਾਂਗੇ। 205 ਲੱਖ ਕਰੋੜ ਨੂੰ ਪਹੁੰਚ ਗਿਆ ਕਰਜ਼ਾ, ਉਹ ਇਹ ਸਵਾਲ ਪੁੱਛਣਗੇ ਲੋਕ, ਸਾਡੀ ਰੇਲ ਕਿੱਧਰ ਗਈ ਪੁੱਛਾਂਗੇ, ਸਾਡੀ ਸੀ ਨਾ, ਦੇਸ਼ ਦੀ ਪ੍ਰੋਪਰਟੀ ਸੀ, ਪੁੱਛਾਂਗੇ ਸਾਡਾ ਏਅਰਪੋਰਟ ਕਿੱਧਰ ਗਿਆ, ਪੁੱਛਾਂਗੇ ਸਾਡਾ ਇੰਡੀਅਨ ਏਅਰਲਾਈਨ ਕਿੱਧਰ ਗਿਆ ਸੀ, ਪੁੱਛਾਂਗੇ ਸਾਡੀਆਂ ਕੋਲਿੰਦ ਦੀਆਂ ਖਾਣਾਂ ਕਿੱਧਰ ਗਈਆਂ, ਪੁੱਛਾਂਗੇ ਕਿ ਸਾਡੀਆਂ ਬੰਦਰਗਾਹਾਂ ਕਿੱਧਰ ਗਈਆਂ, ਤਾਂ ਸਵਾਲ ਤਾਂ ਪੁੱਛਣਗੇ ਲੋਕ। ਮੈਂ ਇਹਨੂੰ ਪੁੱਛਣਾ ਚਾਹੁੰਦਾ ਹੰਸਰਾਜ ਹੰਸ ਨੂੰ, ਉਹ ਭਲਿਆ ਲੋਕਾਂ ਸਾਡਾ ਨੌਜਵਾਨ ਸ਼ਹੀਦ ਕਰਤਾ, ਸਾਡਾ 400 ਜ਼ਖਮੀ ਕਰਤਾ, ਪੰਜਾਂ ਨੂੰ ਅੱਖਾਂ ਤੋਂ ਉਹਨੇ ਕਰਤਾ, ਔਰ ਐਡੀ ਵੱਡੀ ਹੈਵੀ ਸ਼ੈਲਿੰਗ ਹੋਈ ਸਾਡੇ 'ਤੇ, ਯਾਰ ਉਹਦੇ ਤਾਂ ਤੇਰੇ ਤੋਂ ਬਿਆਨ ਨਾ ਦਿੱਤਾ ਗਿਆ, ਇੱਕ ਸਾਡੇ ਹੱਕ 'ਚ ਬੋਲਿਆ ਨਹੀਂ ਗਿਆ। ਇੱਕ ਨੌਜਵਾਨ ਦੇ ਡਾਂਗਾ ਮਾਰਨੀਆਂ, ਮੈਂ ਕਹਿੰਦਾ ਵੀ ਪੁਲਿਸ ਨੂੰ ਰਾਈਟ ਹੈਗਾ ਡਾਂਗਾ ਮਾਰਨ ਦਾ, ਉਹ ਕਿਹਦੇ ਆਧਾਰ ਤੇ ਕਿਹਦੇ ਕੋਲ ਰਾਈਟ ਲਿਆ ਉਹਨਾਂ ਨੇ ਡਾਂਗਾ ਮਾਰਨ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਹੰਸਰਾਜ ਹੰਸ ਦਾ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਸ਼ਹਿਰਾਂ ਦੇ ਵਿੱਚ ਕੀਤਾ ਜਾਂਦਾ ਸੀਗਾ, ਅੱਜ ਦੀ ਗੱਲ ਕਰੀਏ ਤਾਂ ਅੱਜ ਪਹਿਲਾ ਪ੍ਰੋਗਰਾਮ ਪਿੰਡ ਦੇ ਵਿੱਚ ਰੱਖਿਆ ਸੀ ਹੰਸਰਾਜ ਹੰਸ ਵੱਲੋਂ। ਜਦੋਂ ਪਿੰਡ ਵਿੱਚ ਜਾਂਦੇ ਆ ਤਾਂ ਕਿਸਾਨਾਂ ਨੇ ਉਸ ਤੋਂ ਪਹਿਲਾਂ ਹੀ ਜਿਹੜਾ ਆਪਣਾ ਵਿਰੋਧ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ। ਤਾਂ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਸਾਡੇ ਸਵਾਲਾਂ ਦੇ ਉਹ ਜਵਾਬ ਨਹੀਂ ਦੇਣਗੇ ਤਾਂ ਕਿਸਾਨਾਂ ਵੱਲੋਂ ਸੜਕ ਜਾਮ ਕੀਤੀ ਗਈ। ਤਾਂ ਉਸ ਤੋਂ ਬਾਅਦ ਪੁਲਿਸ ਐਕਟ ਦੇ ਵਿੱਚ ਆਉਂਦੀ ਆ ਤਾਂ ਪੁਲਿਸ ਨੇ ਉਹਨਾਂ ਕਿਸਾਨਾਂ ਨੂੰ ਉਸ ਵਕਤ ਉੱਤੇ ਕੁਝ ਜਿਹੜੀਆਂ ਕਿਸਾਨ ਬੀਬੀਆਂ ਸੀ, ਬੱਚੇ ਸੀ, ਤਾਂ ਉਹਨਾਂ ਨੂੰ ਵੀ ਜਿਹੜਾ ਹਿਰਾਸਤ ਦੇ ਵਿੱਚ ਲਿਆ। ਤਾਂ ਇਸ ਸਾਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਆਪਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲਾ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਡੱਲੇਵਾਲਾ ਸਾਹਿਬ, ਲਗਾਤਾਰ ਤੁਹਾਡਾ ਜਿਹੜਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਅੱਜ ਪਹਿਲਾ ਪ੍ਰੋਗਰਾਮ ਹੰਸਰਾਜ ਹੰਸ ਦਾ ਪਿੰਡ ਦੇ ਵਿੱਚ ਸੀਗਾ, ਤਾਂ ਉੱਥੇ ਕਾਫੀ ਵਿਵਾਦ ਹੋਇਆ, ਪੁਲਿਸ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈਣੇ ਪੈ ਗਏ ਕਿਸਾਨ, ਮਹਿਲਾਵਾਂ, ਬੱਚੇ? ਦੇਖੋ, ਸਭ ਤੋਂ ਪਹਿਲੀ ਤਾਂ ਰਮਾਣਾ ਜੀ, ਸਾਡਾ ਵਿਰੋਧ ਕਰਨਾ ਪ੍ਰੋਗਰਾਮ ਨਹੀਂਗਾ, ਇਹ ਮੈਂ ਸਪਸ਼ਟ ਕਰ ਦਿਆਂ। ਸਾਡਾ ਪ੍ਰੋਗਰਾਮ ਹੈ ਇਹਨਾਂ ਤੋਂ ਸਵਾਲ ਪੁੱਛਣੇ ਨੇ, ਸਾਡੇ ਸਵਾਲ ਹੀ ਇਹੋ ਜਿਹੇ ਨੇ ਕਿ ਸਾਡੇ ਸਵਾਲਾਂ ਦੇ ਜਵਾਬ ਦੇ ਹੀ ਨਹੀਂ ਸਕਣਗੇ। ਅਗਰ ਇਹਨਾਂ ਦੇ ਅੰਦਰ ਇਮਾਨਦਾਰੀ ਹੈ, ਇਹਨਾਂ ਦੇ ਅੰਦਰ ਸੱਚਾਈ ਹੈ, ਇਹਨਾਂ ਨੇ ਵਿਰੋਧ ਸ਼ਬਦ ਮੈਂ ਤਾਂ ਵਰਤਦਿਆਂ ਕਿਉਂਕਿ ਉਮੀਦਵਾਰ ਉਹ ਲਗਾਤਾਰ ਹੰਸਰਾਜ ਵੀ ਇਹ ਕਹਿ ਰਹੇ ਆ ਕਿਸਾਨ ਸਾਡਾ ਵਿਰੋਧ ਕਰ ਰਹੇ ਆ, ਹਾਲਾਂਕਿ ਸਵਾਲ ਨਹੀਂ ਪੁੱਛਦੇ। ਸਵਾਲ ਜੇ ਪੁੱਛਣੇ ਹੋਣ ਤਾਂ 2-4 ਬੰਦੇ ਸਾਨੂੰ ਸਵਾਲ ਪੁੱਛਣ, ਤਾਂ 20-20 ਆ ਕੇ 25-25 ਆ ਕੇ ਸਵਾਲ ਉੱਤੇ ਸਾਡੇ ਖੜੇ ਕਰ ਦਿੰਦੇ ਆ, ਵਿਰੋਧ ਕਰਦੇ ਆ। ਸਵਾਲ ਇਹ ਹੈ, ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਸੁਣ ਜਾਏਗਾ, ਸਾਡਾ ਆਗੂ ਕਹਿ ਰਿਹਾ ਕਿ ਅਸੀਂ ਸਵਾਲ ਪੁੱਛਣੇ ਨੇ, ਸਾਡੇ ਸਵਾਲ ਜਵਾਬਾਂ ਦਾ ਸਵਾਲਾਂ ਦੇ ਜਵਾਬ ਦਵਾ ਦਿਓ। ਡਿਪਟੀ ਕਹਿ ਰਿਹਾ ਕਿ ਉਹ ਕਹਿੰਦਾ ਮੈਂ ਨਹੀਂ ਜਵਾਬ ਦੇਣੇ, ਮੈਂ ਨਹੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ। ਇਹਦਾ ਮਤਲਬ ਸਪਸ਼ਟ ਹੋ ਗਿਆ ਨਾ ਕਿ ਸਵਾਲਾਂ ਦੇ ਜਵਾਬ ਨਹੀਂ ਦੇਣੇ ਤਾਂ ਤੁਸੀਂ ਲੋਕਾਂ ਦੀਆਂ, ਹੁਣ ਮੈਨੂੰ ਇਹ ਗੱਲ ਸਵਾਲ ਮੇਰਾ ਇਹਦੇ ਇਹਨਾਂ ਦੇ ਉੱਤੇ BJP 'ਤੇ ਕਿ ਭਾਈ ਪਿੱਛੇ ਤੁਸੀਂ ਵੋਟਾਂ ਲਈਆਂ ਦੋ ਵਾਰੀ ਔਰ ਵਾਅਦੇ ਕਰਕੇ ਲਈਆਂ, ਤੁਹਾਡਾ ਵਾਅਦਾ ਸੀਗਾ ਕਿ ਹਰ ਇੱਕ ਨਾਗਰਿਕ ਦੇ ਖਾਤੇ ਦੇ ਵਿੱਚ 15 ਲੱਖ ਆਏਗਾ, ਕਾਲਾ ਧਨ ਲੈ ਕੇ ਆਵਾਂਗੇ, ਤੁਹਾਡਾ ਵਾਅਦਾ ਸੀ ਕਿਸਾਨਾਂ ਦੀ ਇਨਕਮ ਡਬਲ ਕਰਾਂਗੇ, ਤੁਹਾਡਾ ਵਾਅਦਾ ਸੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਤੁਹਾਡਾ ਵਾਅਦਾ ਸੀ ਕਿਸਾਨਾਂ ਦਾ ਕਰਜ਼ ਮਾਫ਼ ਕਰਾਂਗੇ, ਤੁਹਾਡਾ ਵਾਅਦਾ ਸੀ ਡਾਕਟਰ ਆਪਣਾ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਇਹ ਤੁਹਾਡੇ ਵਾਅਦੇ ਸੀ ਨਾ। ਉਹ ਵਾਅਦੇ ਕਰਕੇ ਤੁਹਾਨੂੰ ਸਤਾ ਦੇ ਬਾਤਾਂ, ਅਤੇ ਇਹਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਵੀ ਤੁਸੀਂ ਵਾਅਦੇ ਕਰਕੇ, ਝੂਠੇ ਵਾਅਦੇ ਕਰਕੇ ਜੇ ਵੋਟਾਂ ਲੈਣੀਆਂ ਤਾਂ ਆਨੰਦ ਮਾਣ ਲਿਆ ਅਤੇ ਹੁਣ ਸਾਨੂੰ ਪੁੱਛੋ ਨਾ, ਇਹਦਾ ਪੁੱਛਣਗੇ ਲੋਕ। ਯਾਰ ਸਵਾਲ ਤਾਂ ਕਰਨਾ ਹੈ, ਜਦੋਂ ਕੋਈ ਆਦਮੀ ਇੱਕ ਕਲਾਸ 'ਚੋਂ ਪਾਸ ਹੋ ਕੇ ਦੁਬਾਰਾ ਨਵੀਂ ਕਲਾਸ 'ਚ ਬਹਿੰਦਾ ਹੈ, ਇੱਕ ਵਾਰੀ ਤਾਂ ਪੇਪਰ ਹੁੰਦੇ ਨੇ, ਲੇਖਾ ਜੋਖਾ ਹਿਸਾਬ ਕਿਤਾਬ ਹੁੰਦਾ ਹੈ, ਉਹ ਹਿਸਾਬ ਕਿਤਾਬ ਦੇਣਾ ਪਏਗਾ ਮਗਰਲਾ।
जो पिछे है उदू वधमा जिहड़ा सवाल ने साडे वो ये भी ने कि तुसीं नोट करने वाली गल जी ये चरवाना जी ये है कि देखो असी चले हाँ साडे नाल कीतियां होईयां कमिटमेंट्स नूं लैके ये गलबात करन चले हाँ। सरकार ने साडे नाल गलबात करन दी बजाए साडियां कमिटमेंट्स नूं हल करन दी बजाए बैरीकेडिंग की बड़ी हैवी किल लाए लाले उदू गह साढ़े उत्ते जो अथरू गैस के गोले चले दुनिया ने वेखे सारे वर्ल्ड ने उन्होंने अखा नाल वेख्या साढ़े 400 किसान जख्मी किए सीधिया गोलियां मार मार के 433 की रिपोर्ट है और उस तो अगले पास एक नौजवान साडा शहीद होया हूँ जे ये आता फिर हम तो सवाल तो पूछांगे इतना लोग पूछेंगे ना कि भाई यही राज प्रबंध दोबारा देन आ रहे हैं हंसराज जी तुम यही प्रबंध सानू दोबारा देन आ रहे हो कि तुहानू मुड़ के तुसी सानू दिल्ली नहीं जान दोगे वोटां लै जाओगे तुहानू सदा दे देंगे तो मुड़ के सानू दिल्ली जान दोगे कि नहीं जान दोगे ये सवाल तो पूछेंगे लोग और इन सवालों के जवाब देने पैणगे। मैं कहना इदू भी कहा पर कई बार जो अस ये सवाल पूछते हाँ फिर यूँ कह देंगे ने लो जी देखो ये पोलीटिकल जवाब है सवाल है पर पोलीटिकल नहीं असं देश के नागरिक भी हैं ना किसान होने के नाल असं नागरिक भी हैं हूँ साडा सवाल है ये ही असं पूछांगे नहीं कि प्रधानमंत्री जी जिदे तुसी 10 साल पहला सत्ता ते आए हो जिस दिन उस दिन भारत दे सर करजा किन्ना सी उस दिन भारत सर करजा किन्ना सी उस दिन सिर्फ 55 लाख करोड़ करजा भारत सर ते अज इन्ने टाइम दे विच ओ करजा वध के 205 लाख करोड़ नूं पहुँच गया करजा ये सवाल पूछेंगे लोग साड़ी रेल किधर गई पूछांगे साड़ी सी ना देश की प्रॉपर्टी सी पूछांगे साडा एयरपोर्ट किधर गया पूछांगे साडा इंडियन एयरलाइन किधर गया सी पूछांगे साडियां कोले दियां खाणां किधर गईयां पूछांगे कि साडियां बंदरगाहां किधर गईयां ते सवाल तो पूछणगे लोग ये सवाल तो जेने पैणगे जवाब तो देने सवाल पूछो पर साडा वो उन्हां दा यही कहना है कि मैं तैयार हाँ सवालों के जवाब देने वास्ते 4-5 बंदे आने मेरे को किसान आन मैं उन्होंने सवालों के जवाब दूंगा पर जो मैं दो थाई जरा किसान के सामने गया उन्होंने सवालों के जवाब जवाब देने वास्ते पर भी 25-25 किसान जोड़े सवाल कर लग पे है वो मैं दबा लेंगे है इस करके हूँ मैं भी किसान के सवालों के जवाब नहीं दे सकता। सवाल मेरा यह है अज तो सा मतलब बिल्कुल झूठी बयानबाजी है असी कल ये कहा ना कि असी किसान भवन च बैठा गया सानू तुसी उन्होंने सानू चैलेंज दिता सीगा कि सानू उत्थे सवाल करो तुसी खुले पंडाल दे विच असी क्या हो असी डेट तय की डेट तय करके जगह दसी जगह दस के सारी प्रेस बुलाई उत्थे कि दुनिया नू विखावांगे लाइव दिखावांगे कि सवालों के जवाब हो रहे ने पर उत्थे जवाब देने कोई नहीं आया ना पंजाब दा प्रधान आया ना इन्हां दा राष्ट्रीय प्रधान आया ना उत्थे खेतीबाड़ी मंत्री आया ना गृहमंत्री जी आए ना साडे मानयोग प्रधानमंत्री जी आए उत्थे कोई भी नहीं आया हुण ओह साडे सवालों के जवाब देने की जरूरत सच्चाई ये है कि झूठ के सहारे नाल हाँ ओले जो गप मारिया जा सकता है ना पिट पिछे तो गप मारिया जा सकता है लेकिन जो सामने बंदा खड़ा है उदो तो फिर गप नहीं ना मारन देगा उदो तो अगला तत्थ कढ के मूहरे रख देगा तुहाडी आह वीडियो पई है तुहाडी आह वीडियो पई है तुहाडा आह कहना पैंदा तुसीं मैनूं इह दस्सो कि अज हंसराज जी ने जो पिछे एक वीडियो वायरल हो रही है जिहदे च इह कह रहा है कि जी मैं तो बस गल विहोणी सी विहाली आपा एक बारी एम पी बनना सी बन गए आपा ना हुण इत्थों वोटां मंगणियां ना उत्थों मंगणियां आपा तां हुण वोटां मंगणियां ही नहीं आपा की लैणा है इक ये वीडियो वायरल हुई है ना उहदी मानसिकता स्पष्ट नज़र आ गई है। अगली गल है कि अज लोकां दे ने सवाल पुछने चाहे उस वेले डिप्टी जिहड़ा मौके दे उत्ते कंट्रोल करन गया हालातां नूं उह इह कह रिहा कि उह जवाब तुहाडे सवालों का जवाब नहीं देना चाहुंदा नहीं दिंदा इहदा मतलब जवाब सवालों के जवाब देने तो भज गया फिर वो तो हजे सवाल जवाब हुंदे लोग गलत बोलते लोग माड़ा बोलते फिर वो कह दिंदा कि लोग मैनू माड़ा बोले ने मैं नहीं जवाब दिंदा ते वो तो हजे कल्ला बंदा खड़ के साडा सवाल पुछने चाहुंदा तो उदों भी सवालों के जवाब नहीं दिते गए तो इहदा मतलब झूठ दे पैर नहीं हुंदे झूठ दे दा बहुत लंबा समा पसारा नहीं चल सकता लोगों ने सच दे मूहरे झूठ नूं अखीर गोडे टेकने पेंदे हुंदे आ वो इन्हां दे टेक रहे ने हुण तुहाडा अगला प्रोसैस की होगा क्योंकि हंसराज ने कहता है कि मैं हुण लगातार सारे पिंडां दे विच जाऊंगा घर घर जाऊंगा ते मैं मेरी पुलिस प्रशासन नूं भी बेनती है जिवें उन्होंने अज साथ दित्ता कि साथ करना वी मेरे नाल जाया करना इहदा मतलब जे तेरे च ईमानदारी है जे तू लोक पक्षी आ ते तैनूं पुलिस लजाण दी की लोड़ है यार मैं इहनूं पुछणा चाहुंदा हंसराज हंस नूं ओ भलिया लोका
ਸਾਡਾ ਨੌਜਵਾਨ ਸ਼ਹੀਦ ਕਰਤਾ, ਸਾਡਾ 400 ਜ਼ਖਮੀ ਕਰਤਾ, ਪੰਜਾਂ ਨੂੰ ਅੱਖਾਂ ਤੋਂ ਅੰਨੇ ਕਰਤਾ, ਔਰ ਐਡੀ ਵੱਡੀ ਹੈਵੀ ਸ਼ੈਲਿੰਗ ਹੋਈ ਸਾਡੇ 'ਤੇ ਯਾਰ, ਉਹਦੇ ਤਾਂ ਤੇਰੇ ਤੋਂ ਬਿਆਨ ਨਾ ਦਿੱਤਾ ਗਿਆ, ਇੱਕ ਸਾਡੇ ਹੱਕ 'ਚ ਬੋਲਿਆ ਨਹੀਂ ਗਿਆ, ਅਤੇ ਉਹਨਾਂ ਲੋਕਾਂ ਦੇ ਕੋਲ ਹੁਣ ਤੂੰ ਵੋਟਾਂ ਲੈਣ ਜਾਏਗਾ? ਜੇ ਤੂੰ ਲੋਕਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹੁੰਦਾ, ਫਿਰ ਹੋ ਸਕਦਾ ਸੀ ਅੱਜ ਤੂੰ ਪਿੰਡਾਂ ਦੇ ਵਿੱਚ ਪੁਲਿਸ ਦੀਆਂ ਧਾਰਾਂ ਲੈ ਕੇ ਨਾ ਜਾਣਾ ਪੈਂਦਾ, ਫਿਰ ਲੋਕਾਂ ਦੇ ਵਿੱਚ ਵਿਚਰਦਾ। ਸੋ ਤੂੰ ਆਪਦਾ ਚਿਹਰਾ ਜਿਹੜਾ ਹੈ, ਤੁਹਾਡਾ ਜਿਹੜਾ ਅਕਸ਼ ਹੈ, ਜਿਹੜਾ ਤੁਹਾਡਾ ਤੁਹਾਡੀ ਜਿਹੜੀ ਉੱਪਰਲੇ ਆਕਾਵਾਂ ਦਾ ਹੁਕਮ ਹੈ, ਤੁਸੀਂ ਉਹਨਾਂ ਹੁਕਮਾਂ ਮੁਤਾਬਕ ਚੱਲਦੇ ਹੋ, ਔਰ ਉਹ ਹੁਕਮ ਹੀ ਇਹ ਨੇ ਕਿ ਬਿਲਕੁਲ ਨਹੀਂ ਕਿਸਾਨਾਂ ਦੀ ਗੱਲ ਨਹੀਂ ਸੁਣਨੀ। ਕਿਸਾਨਾਂ ਨੂੰ ਤਾਂ ਗੁੰਡੇ, ਮਵਾਲੀ, ਆਤੰਕਵਾਦੀ, ਅਲਗਾਓਵਾਦੀ, ਪਤਾ ਨਹੀਂ ਕੀ ਕੀ ਕੁਛ ਕਿਹਾ। ਉਹ ਕਹਿੰਦਾ ਕਿ ਹੰਸਰਾਜ ਹੰਸ ਨੂੰ ਇਕੱਲੇ ਨੂੰ ਕਿਉਂ ਘੇਰਿਆ ਜਾਂਦਾ, ਦੂਜਿਆਂ ਨੂੰ ਕਿਉਂ ਨਹੀਂ ਘੇਰਿਆ ਜਾਂਦਾ ਗਾ? ਰਾਜਨੀਤਿਕ ਪਾਰਟੀਆਂ ਦੇ ਦੂਜੇ ਉਮੀਦਵਾਰ ਹੈ, ਉਹ ਕਿਹੜਾ ਤੁਹਾਡੇ ਹੱਕ ਚੱਲਦੇ ਹੈ, ਉਹਨਾਂ ਨੂੰ ਕਿਉਂ ਨਹੀਂ ਤੁਸੀਂ ਸਵਾਲ ਕਰਦੇ, ਇਕੱਲੇ ਹੰਸਰਾਜ ਨੂੰ ਕਿਉਂ ਕਰਦੇ? ਹਾਂ, ਹੰਸਰਾਜ ਦੀ ਪਾਰਟੀ ਨੇ ਗੋਲੀਆਂ ਮਾਰੀਆਂ, ਸਾਡਾ ਕਿਸਾਨ ਨੌਜਵਾਨ ਸ਼ਹੀਦ ਹੰਸਰਾਜ ਦੀ ਪਾਰਟੀ ਨੇ ਕੀਤਾ। ਸਾਨੂੰ ਦਿੱਲੀ, ਸਾਡੀ ਰਾਜਧਾਨੀ ਦੇ ਵਿੱਚ ਜਾਣ ਤੋਂ ਰੋਕਿਆ ਸਾਨੂੰ ਹੰਸਰਾਜ ਦੀ ਪਾਰਟੀ ਨੇ, ਆ ਕਿਉਂਕਿ ਹਰਿਆਣੇ ਦੇ ਵਿੱਚ ਸਰਕਾਰ ਹੰਸਰਾਜ ਦੀ ਪਾਰਟੀ ਦੀ ਸੀ। ਉੱਥੇ ਕਹਿੰਦਾ ਨਾ ਹੰਸਰਾਜ ਕਿ ਬਈ ਕਿਉਂ ਨਹੀਂ ਕਿਸਾਨਾਂ ਨੂੰ ਦਿੱਲੀ ਆਉਣ ਦਿੱਤਾ ਜਾਂਦਾ? ਅਗਰ ਪੰਜਾਬ ਦੀ ਸਾਰੀ ਲੀਡਰਸ਼ਿਪ ਪੰਜਾਬ ਦੇ ਨਾਲ ਖੜਦੀ, ਕਿਸਾਨਾਂ ਦੇ ਨਾਲ ਖੜਦੀ ਕਿ ਰਸਤੇ ਖੋਲ੍ਹੋ ਇਹਨਾਂ ਨੂੰ ਦਿੱਲੀ ਜਾਣ ਦਿਓ, ਫਿਰ ਅੱਜ ਕੋਈ ਨਹੀਂ ਸੀ ਇਹਨਾਂ ਦਾ ਵਿਰੋਧ ਕਰਦਾ। ਜਦੋਂ ਉਸ ਵੇਲੇ ਤਾਂ ਉਹ ਤਾਂ ਮੈਂ ਉੱਥੇ ਵੀ ਹਰਿਆਣੇ ਦੇ ਵਿੱਚ ਵੀ ਗਿਆ ਕਿਸਾਨਾਂ ਦੇ, ਪਤਾ ਨਹੀਂ ਕਿੱਥੇ ਗਿਆ ਸਾਡੇ ਕੋਲ, ਉੱਥੇ ਦਿੱਲੀ ਬਾਰਡਰ 'ਤੇ ਆਉਂਦਾ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ, ਉਹਨਾਂ ਦੇ ਕੋਲ 2 ਮਹੀਨੇ ਹੋ ਗਏ ਚਲੀ ਜਾਂਦੇ ਨੂੰ, ਹੁਣ ਤਾਂ ਗਿਆ ਨਹੀਂ, ਉਦੋਂ ਪਤਾ ਨਹੀਂ ਕਦੋਂ ਗਿਆ ਹੋਵੇਗਾ। ਸੋ ਮੇਰਾ ਤਾਂ ਗੱਲ ਕਰਨ ਦਾ ਭਾਵ ਇਹ ਹੈ ਕਿ ਬਈ ਲੋਕਾਂ ਨੂੰ ਤੁਸੀਂ ਜਿਹੜਾ ਇਹ ਕਹਿੰਦੇ ਹੋ ਕਿ ਸਾਡੀ ਪਾਰਟੀ ਦਾ ਵਿਰੋਧ, ਸਾਡਾ ਵਿਰੋਧ ਕਿਉਂ ਕਰਦੇ ਆ? ਤੁਹਾਡਾ ਵਿਰੋਧ ਇਸ ਕਰਕੇ ਕਿ ਤੁਸੀਂ ਸਾਡਾ ਨੌਜਵਾਨ ਸ਼ਹੀਦ ਕੀਤਾ ਹੈ, ਤੁਹਾਡਾ ਵਿਰੋਧ ਇਸ ਕਰਕੇ ਕਿ ਤੁਸੀਂ ਸਾਡਾ 433 ਬੰਦੇ ਜ਼ਖਮੀ ਕੀਤੇ ਨੇ, ਤੁਸੀਂ ਸਾਡੇ ਪੰਜਾਂ ਦੀਆਂ ਅੱਖਾਂ ਲਈਆਂ ਨੇ, ਇਸ ਕਰਕੇ ਤੁਹਾਡਾ ਵਿਰੋਧ ਕਰਦੇ ਹਾਂ। ਤੁਹਾਡੇ ਤੋਂ ਵਿਰੋਧ ਨਹੀਂ ਕਰਦੇ, ਤੁਹਾਡੇ ਤੋਂ ਸਵਾਲ ਪੁੱਛਦੇ ਹਾਂ, ਦੱਸੋ ਭਾਈ ਇਹਦੇ 'ਤੇ ਕੀ ਆ, ਤੁਹਾਡਾ ਪ੍ਰਤੀਕਰਮ ਕੀ ਹੈ, ਕਿਉਂ ਨਹੀਂ ਬੋਲੇ ਤੁਸੀਂ ਅੱਜ ਤੋਂ ਪਹਿਲਾਂ? ਇਹ ਸਵਾਲ ਤਾਂ ਪੁੱਛਣਗੇ ਲੋਕ, ਔਰ ਉਹੀ ਅਸੀਂ ਪੁੱਛ ਰਹੇ ਹਾਂ, ਔਰ ਉਹ ਇਹਨਾਂ ਦਾ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਇਹਨਾਂ 'ਚ ਹਿੰਮਤ ਨਹੀਂ। ਉਹ ਕਹਿੰਦੇ ਆ ਜੇਕਰ ਹੰਸਰਾਜ ਨੂੰ ਤੁਸੀਂ ਭੱਦੀ ਸ਼ਬਦਾਵਲੀ ਵਰਤਦੇ ਹੈ, ਇਹ ਕੰਜਰ ਹੈ, ਫਲਾਨਾ ਹੈ, ਕਿਸੇ ਮੰਤਰੀ ਨਾਲ ਗੱਲ ਕਰਦੇ ਆ, ਉਹਨੂੰ ਮੰਤਰੀ ਸਾਹਿਬ ਕਹਿ ਕੇ ਗੱਲ ਕਰਦੇ ਆ। ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਮੇਰਾ ਖਿਆਲ ਹੈ ਸਾਡਾ ਸਮਾਜ ਐਡਾ ਮੂਰਖ ਨਹੀਂ ਆ ਕਿ ਕਿਸੇ ਨੂੰ ਮਾੜਾ ਬੋਲੇਗਾ, ਇੰਨੀ ਕੁ ਸਮਝ ਹਰ ਇੱਕ ਵਿਅਕਤੀ ਨੂੰ ਹੈ। ਤੁਸੀਂ ਜਿੰਨੇ ਥਾਵਾਂ ਦੇ ਵਿਰੋਧ ਹੋਇਆ, ਹਰੇਕ ਥਾਂ ਦੇ ਉੱਤੇ ਲੋਕ ਇਹਦੇ ਤੋਂ ਸਵਾਲ ਪੁੱਛਦੇ ਨੇ, ਹੁਣ ਸਵਾਲ ਹੀ ਐਸੇ ਨੇ ਜਿਨ੍ਹਾਂ ਸਵਾਲਾਂ ਦੇ ਇਹਨਾਂ ਕੋਲ ਜਵਾਬ ਨਹੀਂ, ਅਤੇ ਜਦੋਂ ਜਵਾਬ ਨਹੀਂ ਦਿੰਦੇ ਭੱਜਦੇ ਨੇ, ਫਿਰ ਨਾਅਰੇਬਾਜ਼ੀ ਹੁੰਦੀ, ਉਹ ਨਾਅਰੇਬਾਜ਼ੀ ਬਾਜ਼ੀ ਕਰਦਿਆਂ ਬੋਲਦਿਆਂ ਕੀ ਕੋਈ ਬੋਲ ਰਿਹਾ, ਕਿਸੇ ਨੂੰ ਕਿੰਨਾ ਗੁੱਸਾ, ਉਹਦਾ ਗੁੱਸਾ ਸਗੋਂ ਕਈ ਗੁਣਾ ਹੋਰ ਵਧਾ ਦਿੰਦੇ ਆ, ਅਜਿਹੀਆਂ ਗੱਲਾਂ ਕਰਕੇ ਤਾਂ ਕਈ ਗੁਣਾ ਗੁੱਸਾ ਹੋਰ ਵਧਾ ਦਿੰਦੇ ਨੇ। ਨਹੀਂ ਤਾਂ ਮਤਲਬ ਲੋੜ ਹੈ ਗੁੱਸੇ ਨੂੰ ਸ਼ਾਂਤ ਕਰਨ ਦੀ, ਲੋਕਾਂ ਦੇ ਵਿੱਚ ਬਹਿ ਕੇ, ਲੋਕਾਂ 'ਚ ਜਾ ਕੇ, ਲੋਕਾਂ ਦੀ ਗੱਲ ਸੁਣਨ ਦੀ, ਤਾਂ ਫਿਰ ਤਾਂ ਲੋਕ ਮਤਲਬ ਇਹਨਾਂ ਦੀ ਗੱਲ ਸੁਣ ਲੈਣਗੇ। ਲੇਕਿਨ ਜਿਹੜੇ ਤਰੀਕੇ ਨਾਲ ਇਹ ਕਰਦੇ ਨੇ ਕਿ ਅਸੀਂ ਫੋਰਸ ਦੀ ਤਾਕਤ ਨਾਲ, ਮੈਨੂੰ ਲੱਗਦਾ ਫੋਰਸ ਦੀ ਤਾਕਤ ਵਾਲਾ ਡੱਲੇਵਾਲਾ ਸਾਹਿਬ, ਜਿਵੇਂ ਹੁਣ ਪਿਛਲੇ ਦਿਨੀ ਜਿਹੜਾ SKM ਗੈਰ ਰਾਜਨੀਤਿਕ ਜਾਂ SKM ਹੈ, ਉਹਨਾਂ ਦੇ ਆਗੂਆਂ ਦੇ ਨਾਲ, ਉਹਨਾਂ ਦੇ ਵਰਕਰਾਂ ਦੇ ਨਾਲ ਪੁਲਿਸ ਨੇ ਇੱਕ ਮੀਟਿੰਗ ਕੀਤੀ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਆਪਦਾ ਰੋਸ ਪ੍ਰਦਰਸ਼ਨ ਕਰਨਾ ਹੈ ਸ਼ਾਂਤੀਪੂਰਕ ਤਰੀਕੇ ਦੇ ਨਾਲ ਕਰੋ, ਤੁਹਾਡਾ ਰਾਈਟ ਬਣਦਾ ਹੈ, ਪਰ ਤੁਸੀਂ ਘੇਰੋ ਨਾ, ਅਤੇ ਅੱਜ ਤੁਹਾਨੂੰ ਜਾਮ ਲਾਉਣ ਦੀ ਕਿਉਂ ਲੋੜ ਪਈ? ਕਿਉਂਕਿ ਜੇ ਜਾਮ ਲੱਗਿਆ ਤਾਂ ਹੀ ਜਿਹੜਾ ਇਹ ਸਾਰੀ ਅੱਜ ਉਸੇ ਮੀਟਿੰਗ ਨਾਲ ਜੁੜ ਗਈ ਨਾ ਗੱਲ। ਇਹ ਸੋਚੋ ਬਈ ਪ੍ਰਸ਼ਾਸਨ ਦੀ ਇੱਕ ਰਿਸਪੋਂਸੀਬਿਲਟੀ ਬਣਦੀ ਹੁੰਦੀ ਹੈ ਕਿ ਲੋਕਾਂ ਦੀ ਮੂਵਮੈਂਟ ਨੂੰ, ਲੋਕਾਂ ਦੀ ਆਵਾਜ਼ ਨੂੰ, ਲੋਕਾਂ ਦੀ ਗੱਲ ਨੂੰ ਸਮਝ ਕੇ ਉਸ ਲੀਡਰ ਨਾਲ ਗੱਲ ਸਾਂਝੀ ਕਰਨੀ, ਵੀ ਭਾਈ ਜਾਂ ਤਾਂ ਗੱਲ ਕਰ ਲਾ, ਨਹੀਂ ਆਪਦਾ ਦੌਰਾ ਕੈਂਸਲ ਕਰ ਦੇ, ਨਹੀਂ ਤਾਂ ਫਿਰ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਲੇਕਿਨ ਮੈਂ ਕਹੂੰਗਾ ਕਿ ਇੱਥੇ ਪੂਰੀ ਤਰ੍ਹਾਂ ਸਾਡਾ ਪੰਜਾਬ ਦਾ ਜਾਂ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਦਾ ਫੇਲੀਅਰ ਹੈ। ਉਹਨਾਂ ਨੇ ਇਹ ਉਹਨਾਂ ਦੀ ਅਣਗਹਿਲੀ ਜਾਂ ਉਹਨਾਂ ਦੀ ਜਿੱਦ ਇਹਨੂੰ ਇਹ ਲੈ ਕੇ ਗਈ ਕਿ ਉੱਥੇ ਟਕਰਾਓ ਦੀ ਸਥਿਤੀ ਬਣਾਈ ਹੈ, ਜਾਣ ਕੇ ਬਣਾਈ ਗਈ ਹੈ। ਦੁਗਾਂ ਵੀ ਤੁਸੀਂ ਦੇਖੋ ਕਿ ਇੱਕ ਨੌਜਵਾਨ ਦੇ ਡਾਂਗਾ ਮਾਰਨੀਆਂ, ਮੈਂ ਕਹਿੰਦਾ ਵੀ ਪੁਲਿਸ ਨੂੰ ਰਾਈਟ ਹੈਗਾ ਡਾਂਗਾ ਮਾਰਨ ਦਾ? ਉਹ ਕਿਹਦੇ ਆਧਾਰ ਤੇ ਕਿਹਦੇ ਕੋਲ ਰਾਈਟ ਲਿਆ ਉਹਨਾਂ ਨੇ ਡਾਂਗਾ ਮਾਰਨ ਦਾ? ਇੱਕ ਛੋਟਾ ਜਿਹਾ ਬੱਚਾ ਹੈ ਜਿਹਨੂੰ ਧੱਕੇ ਮਾਰ ਕੇ ਡੇਗਿਆ ਗਿਆ ਉੱਥੇ ਕਰਚਿਆਂ 'ਚ, ਮੈਨੂੰ ਇਹ ਦੱਸਣ ਉਹ ਕਿਹਨੂੰ ਇੱਕ ਹੀ ਤੋਂ ਕਿਹ ਤੋਂ ਉਹਨਾਂ ਨੇ ਰਾਈਟ ਲਿਆ? ਉਹ ਕਿਉਂ ਬੱਚੇ ਨੂੰ ਧੱਕੇ ਮਾਰੇ ਗਏ, ਕੀ ਗੁਣਾ ਕੀਤਾ ਸੀ ਬੱਚੇ ਨੇ? ਸੋ ਇਹ ਜਿਹੜਾ ਕੁਛ ਉਹਨਾਂ ਨੇ ਕੀਤਾ ਹੈ ਨਾ ਉੱਥੇ, ਉਹ ਉੱਥੇ ਸਮੇਂ ਦੇ ਉਸ ਮੌਕੇ ਦੇ ਡਿਪਟੀ ਦੇ ਕੋਲੋਂ ਵੀ ਇਹਨਾਂ ਗੱਲਾਂ ਦੇ ਜਵਾਬ ਮੰਗੇ ਜਾਣਗੇ। ਉਹ ਹੰਸਰਾਜ ਕਹਿੰਦਾ ਹੈ ਕਿ ਕਿਸਾਨ ਇੱਕ ਵਾਰੀ ਮੈਨੂੰ ਮੌਕਾ ਦੇ ਦੇਣ, ਮੇਰੇ ਨਾਲ ਖੜਨ, ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੈਨੂੰ ਜਿੱਤ ਕੇ ਜਿਤਾ ਕੇ ਇੱਥੋਂ ਭੇਜਦੇ ਆ ਉੱਥੇ, ਜੇ ਮੈਂ ਇਹਨਾਂ ਦੇ ਹੱਕ ਦੇ ਵਿੱਚ ਆਵਾਜ਼ ਨਾ ਉਠਾਊਂਗਾ ਤਾਂ ਫਿਰ ਮੈਨੂੰ ਸਵਾਲ ਕਰਨਾ। ਮੇਰੀ ਬੇਨਤੀ ਇਹ ਹੈ ਕਿ ਇੱਕ ਵਾਰੀ ਮੌਕਾ ਤੈਨੂੰ ਦਿੱਤਾ ਵਾ, ਤੈਨੂੰ ਇੱਕ ਮੌਕਾ ਮਿਲਿਆ ਤਾਂ ਹੈ,
ਤੁਸੀਂ ਐਮ ਪੀ ਰਹੇ ਹੋ, ਐਮ ਪੀ ਹੁੰਦਿਆਂ ਆ ਸਾਡੇ 'ਤੇ 3 ਕਾਨੂੰਨ ਆ ਕੇ ਥੋਪਦੇ, ਤੇਰੇ ਐਮ ਪੀ ਹੁੰਦਿਆਂ ਸਾਨੂੰ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ, ਸਾਡੇ ਕਿਸਾਨ ਸ਼ਹੀਦ ਕਰਦੇ। ਤੂੰ ਐਮ ਪੀ ਸੀ ਉਦੋਂ ਵੀ, ਤੂੰ ਭਾਈ ਉਦੋਂ ਕਿਉਂ ਨਹੀਂ ਮਤਲਬ ਉੱਥੋਂ ਆਪਦੀ ਸਰਕਾਰ ਨਾਲ ਗੱਲ ਕੀਤੀ, ਜੇ ਤੇਰੇ 'ਚ ਜ਼ੁਰਤ ਹੀ ਨਹੀਂ ਕਿਸੇ 'ਚ ਇਹਨਾਂ 'ਚੋਂ ਕਿ ਆਪਦੇ ਉਸ ਆਕਾਵਾਂ ਨਾਲ ਗੱਲ ਕਰ ਸਕਣੇ, ਤਾਂ ਵਾਧੂ ਗੱਲਾਂ ਨਹੀਂ ਇਹਨਾਂ ਦੀਆਂ ਵੀ ਅਸੀਂ ਕਮਨੀ। ਹਾਂ, ਇਹ ਜ਼ਰੂਰ ਹੈ ਕਿ ਸਾਡੀ ਇੱਕ ਇੱਕ ਵੋਟ ਦੇ ਨਾਲ ਉਹ ਜਿਹੜਾ ਕੁਛ ਇਹਨਾਂ ਨੇ ਕਰਨਾ ਉਹ ਕਰਕੇ ਅਤੇ ਆਪਦੀ ਪਾਰਟੀ ਨੂੰ ਤਕੜਾ ਕਰਕੇ ਸਰਕਾਰ ਦੁਬਾਰਾ ਬਣਾਉਣ ਅਸਰ ਆ ਜਾਂਦਾ ਵੀ ਮੈਨੂੰ ਆਪਦਾ ਕੰਮ ਕਰਨ ਦਿਓ, ਮੈਂ ਵੋਟ ਮੰਗਣ ਜਾਊਂਗਾ, ਅਤੇ ਕਿਸਾਨ ਆਪਦਾ ਉਹਨਾਂ ਨੂੰ ਲੋਕਾਂ ਨੂੰ ਜਾ ਕੇ ਕਹਿਣ ਵੀ ਨਾ ਤੁਸੀਂ ਵੋਟ ਪਾਓ। ਸਾਡਾ ਵੋਟ ਨਾਲ ਮਤਲਬ ਹੀ ਨਹੀਂ ਹੈ, ਸਾਡਾ ਵੋਟ ਨਾਲ ਨਹੀਂ ਮਤਲਬ, ਵੋਟਾਂ ਪਾ ਦੇਣ ਲੋਕ ਜੀ ਨੂੰ ਪਾਉਣੀਆਂ, ਲੋਕ ਖੁੱਲ੍ਹੇ ਨੇ ਵੋਟਾਂ ਪਾਉਣ, ਅਸੀਂ ਵੋਟਾਂ ਦਾ ਵਿਰੋਧ ਕਰਦੇ ਹੀ ਨਹੀਂ ਗਏ। ਅਸੀਂ ਤਾਂ ਕਿਉਂ ਕਹਿੰਦੇ ਹਾਂ ਪਿੰਡਾਂ 'ਚ ਕਿ ਦੇਖੋ ਰਮਾਣਾ ਜੀ, ਅਸੀਂ ਜਿਸ ਵੇਲੇ ਅਸੀਂ ਦਿੱਲੀ ਨੂੰ ਜਾ ਰਹੇ ਹਾਂ, ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਅਗਰ ਉੱਥੇ ਦਿੱਲੀ ਸਾਡੀ ਗੱਲ ਸੁਣ ਲੈਂਦੇ ਤਾਂ ਵੈਲ ਐਂਡ ਗੁੱਡ, ਠੀਕ ਸੀ, ਸਾਡੀ ਦਿੱਲੀ ਤੁਸੀਂ ਗੱਲ ਨਹੀਂ ਸੁਣਨੀ ਵਾਜਬ ਸਮਝੀ, ਫਿਰ ਹੁਣ ਤੁਹਾਡੀ ਲੋੜ ਤਾਂ ਪੈਣੀ ਹੈ ਨਾ, ਤੁਸੀਂ ਤਾਂ ਆਉਣਾ ਨਾ ਇੱਥੇ ਮੁੜ ਕੇ ਸਾਡੇ ਕੋਲ, ਅਤੇ ਜਦੋਂ ਬੱਲੇ ਤੁਸੀਂ ਸਾਡੇ ਕੋਲ ਆਓਗੇ ਫਿਰ ਸਾਡੇ ਕੋਲ ਉਹ ਤਾਂ ਹਾਈ ਰਾਈਟ ਹੈ। ਲਾਸਟ ਸਵਾਲ ਹੈ ਹੁਣ, ਜਿਵੇਂ ਹੰਸਰਾਜ ਹੰਸ ਨੇ ਸਿੱਧੇ ਤੌਰ 'ਤੇ ਕਹਿਤਾ ਹੈ ਕਿ ਮੈਂ ਪਿੰਡ ਪਿੰਡ ਜਾਊਂਗਾ, ਲੋਕਾਂ ਦੇ ਕੋਲ ਜਾਊਂਗਾ, ਘਰਾਂ ਦੇ ਵਿੱਚ ਜਾਊਂਗਾ, ਕਿਸਾਨਾਂ ਕੋਲ ਵੀ ਜਾਊਂਗਾ, ਮਜ਼ਦੂਰਾਂ ਕੋਲ ਵੀ ਜਾਊਂਗਾ, ਹਰ ਵਰਗ ਕੋਲ ਜਾਊਂਗਾ, ਤਾਂ ਕੋਈ ਪ੍ਰੋਗਰਾਮ ਹੁਣ ਮੇਰਾ ਕੈਂਸਲ ਨਹੀਂ ਹੋਊਗਾ ਪਿੰਡਾਂ ਦੇ ਵਿੱਚ। ਅਤੇ ਹੁਣ ਕਿਸਾਨਾਂ ਦੀ ਅਗਲੀ ਜਿਹੜੀ ਰਣਨੀਤੀ ਕਿਸ ਤਰੀਕੇ ਦੀ ਹੋਊਗੀ? ਇਹ ਉਹਦਾ ਇੱਕ ਤਰ੍ਹਾਂ ਦਾ ਕਿਸੇ ਨਾ ਕਿਸੇ ਪਿੰਡ 'ਚ ਇਹ ਬਿਆਨ ਆ ਜਿਹੜਾ, ਇਹ ਸਿਆਣੇ ਲੀਡਰ ਵਾਲਾ ਬਿਆਨ ਨਹੀਂ ਉਹਦਾ, ਇਹ ਪ੍ਰੋਵੋਕੇਸ਼ਨ ਵਾਲਾ ਬਿਆਨ ਹੈ ਕਿ ਕਿਸਾਨਾਂ ਨੂੰ ਗੁੱਸਾ ਚੜ੍ਹਾਉਣ ਵਾਲਾ ਬਿਆਨ ਹੈ ਕਿ ਕਰ ਲਓ ਜੀ ਕਰ ਦਿਓ ਮੈਂ ਆਊਂਗਾ। ਸਵਾਲ ਇਹ, ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਮਰਜ਼ੀ ਪਿੰਡ 'ਚ ਆ ਜੀ, ਸਵਾਲ ਹਰੇਕ ਪਿੰਡ 'ਚੋਂ ਪੁੱਛਣਗੇ ਲੋਕ, ਜਿਹੜੇ ਮਰਜ਼ੀ ਪਿੰਡ 'ਚ ਜਾਈ ਸਵਾਲ ਤਾਂ ਲੋਕ ਹਰੇਕ ਪਿੰਡ 'ਚ ਸਵਾਲ ਹੀ ਪੁੱਛੋਗੇ, ਘੇਰਦੇ ਤਾਂ ਨਹੀਂ? ਸਾਡਾ ਸਵਾਲ ਪੁੱਛਣਾ ਹੀ ਏਜੰਡਾ ਹੈ, ਸਾਡਾ ਘੇਰਨਾ, ਸਾਡਾ ਕੁੱਟਣਾ, ਸਾਡਾ ਮਾਰਨਾ ਜਾਂ ਕੁਛ ਵੀ ਅਜਿਹਾ ਕਰਨਾ। ਮੈਂ ਤਾਂ ਈਵਨ ਇਹ ਵੀ ਕਹੂੰਗਾ ਕਿ ਸ਼ਬਦਾਵਲੀ ਵੀ ਐਡੀ ਸੱਭਿਆ ਭਰਤ ਭਾਸ਼ਾ ਵਰਤੀ ਜਾਏ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਯਾਰ ਇਹ ਤਾਂ ਹੱਲ ਵਾਲਾ ਲਾਲਾ। ਦੇਖੋ ਹੁਣ ਤੁਹਾਡਾ ਚੈਨਲ 'ਤੇ ਚੱਲ ਰਿਹਾ ਹੈ, ਇਹੀ ਸਵਾਲ ਕਿਤੇ ਇਸ ਤਰ੍ਹਾਂ ਖੜ੍ਹ ਕੇ ਹੋਣ, ਸਾਹਮਣੇ ਖੜ੍ਹ ਕੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇਵੇ ਹੰਸਰਾਜ, ਅਤੇ ਸਾਡਾ ਬੰਦਾ ਇੱਧਰੋਂ ਖੜ੍ਹ ਕੇ ਸਵਾਲ ਕਰ ਰਿਹਾ ਹੋਵੇ, ਬੜਾ ਕੋਈ ਬੰਦਾ ਉਹ 'ਚ ਬੋਲੇ ਨਾ, ਤਾਂ ਪੂਰੀ ਦੁਨੀਆ ਨੂੰ ਪਤਾ ਲੱਗੇਗਾ ਨਾ ਵੀ ਕਿਸਾਨ ਨੇ ਸਵਾਲ ਕੀ ਕੀਤਾ, ਉਹਨੇ ਜਵਾਬ ਕੀ ਦਿੱਤਾ, ਉਹ ਟਾਲ ਰਿਹਾ ਕਿ ਸੱਚਮੁੱਚ ਠੀਕ ਜਵਾਬ ਦੇ ਰਿਹਾ। ਕਿਸਾਨਾਂ ਤੱਕ ਹੁਣ ਅਗਲਾ ਤੁਹਾਡੀ ਜਿਹੜੀ ਰੂਪ ਰੇਖਾ ਉਸਦਾ ਸੁਨੇਹਾ ਕਿਸ ਤਰੀਕੇ ਨਾਲ ਪਹੁੰਚੇਗਾ ਜਾਂ ਕੋਈ ਮੀਟਿੰਗ ਕਰੋਗੇ? ਅਸੀਂ ਅੱਜ ਕੱਲ੍ਹ ਨੂੰ ਸੁਬਾਹ ਅਸੀਂ ਮੀਟਿੰਗ ਕਰਨੀ ਹੈ ਉਸ ਪਿੰਡ 'ਚ, ਜਿਸ ਤਰੀਕੇ ਦੇ ਨਾਲ ਸਾਡੀਆਂ ਬੀਬੀਆਂ ਨੇ ਬੜੀ ਹਿੰਮਤ ਦੇ ਨਾਲ ਉਸ ਸਾਰੇ ਘਟਨਾ ਕਰਨ ਦਾ ਸਾਹਮਣਾ ਕੀਤਾ, ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਕੀਤਾ, ਔਰ ਉਹ ਮੈਂ ਕਹੂੰਗਾ ਵੀ ਇੱਕ ਤਰ੍ਹਾਂ ਨਾਲ ਸਾਡੀਆਂ ਉਹ ਮਾਈ ਭਾਗੋ ਦਾ ਰੋਲ ਅਦਾ ਕਰ ਗਈਆਂ, ਸਾਡੀਆਂ ਉਹ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਉਹਨਾਂ ਸਭ ਦੇ ਲਈ ਅਸੀਂ, ਸਾਡਾ ਸਿਰ ਝੁਕਦਾ ਉਹਨਾਂ ਦੇ ਸਾਹਮਣੇ, ਅਸੀਂ ਉਹਨਾਂ ਦੇ ਪਿੰਡ 'ਚ ਜਾਵਾਂਗੇ ਕੱਲ੍ਹ ਨੂੰ। ਇਹ ਸਾਡਾ ਪ੍ਰੋਗਰਾਮ ਹੈ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਪ੍ਰੋਗਰਾਮ ਹੈ ਸਵਾਲ ਕਰਨ ਦਾ, ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਬੀਜੇਪੀ ਦੇ ਇਕੱਲੇ ਹੰਸਰਾਜ ਹੰਸ ਦੀ ਨਹੀਂ ਗੱਲ, ਹਰ ਇੱਕ ਲੀਡਰ ਨੂੰ ਸਾਡੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਔਰ ਉਹ ਸਵਾਲਾਂ ਦੇ ਜਵਾਬ ਦੇਣ ਸ਼ਾਂਤੀ ਨਾਲ ਖੜ੍ਹ ਕੇ, ਠਰਮੇ ਨਾਲ ਜਵਾਬ ਦੇਣ। ਦੂਜੀਆਂ ਪਾਰਟੀਆਂ ਦੇ ਆਗੂਆਂ ਤੋਂ ਉਮੀਦਵਾਰਾਂ ਤੋਂ ਪੁੱਛੋਗੇ? ਦੇਖੋ ਸਾਡਾ ਪ੍ਰੋਗਰਾਮ ਬਣ ਗਿਆ ਰਮਾਣਾ ਜੀ, ਦੇਖੋ ਜਿੰਨਾ ਚਿਰ ਇੰਡੀਆ ਅਲਾਇੰਸ ਨੇ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਨਹੀਂ ਕੀਤਾ ਸੀ, ਉਨਾ ਚਿਰ ਇਹਨਾਂ ਦੇ ਉੱਤੇ ਸਾਡਾ ਟੇਕ ਸੀ, ਇਹਨਾਂ ਨਾਲ ਤਾਂ ਸਾਡੀ ਸਿੱਧੀ ਟਾਈ ਪਈ ਹੋਈ ਸੀ ਨਾ, ਉਹਨਾਂ ਤੋਂ ਵੀ ਅਸੀਂ ਸਵਾਲ ਪੁੱਛਾਂਗੇ ਕਿ ਦੱਸੋ ਤੁਸੀਂ ਕਿੰਨਾ ਚਿਰ ਰਾਜ ਕੀਤਾ, ਤੁਸੀਂ 2006 'ਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਆਈ ਅਤੇ 14 ਤੱਕ 8 ਸਾਲ ਤੁਸੀਂ ਸੱਤਾ 'ਤੇ ਰਹੇ ਹੋ, ਭਾਈ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ? ਸਵਾਲ ਪੁੱਛਾਂਗੇ ਉਹਨਾਂ ਦਾ ਵੀ, ਇਕੱਲੇ ਇਹ ਥੋੜ੍ਹੀ ਆ ਉਹਨਾਂ ਨੂੰ ਛੱਡ ਦਿਆਂਗੇ, ਉਹਨਾਂ ਤੋਂ ਇਹ ਸਵਾਲ ਪੁੱਛਾਂਗੇ ਕਿ 1994 'ਚ ਸਰਕਾਰ ਤੁਹਾਡੀ ਸੀ ਜਿਸ ਵੇਲੇ ਸਾਡੀ ਪੂਰੇ ਦੇਸ਼ ਨੂੰ ਮੁੜ ਦੁਬਾਰਾ ਗੁਲਾਮ ਕਰਨ ਦੀਆਂ ਤਿਆਰੀਆਂ ਹੋਈਆਂ ਤੁਹਾਡੀ ਸਰਕਾਰ ਦੇ ਜ਼ਰੀਏ, ਅਸੀਂ ਇਹ ਉਹਨਾਂ ਤੋਂ ਇਹ ਵੀ ਪੁੱਛਾਂਗੇ ਕਿ ਭਾਈ ਲੰਬਾ ਸਮਾਂ ਸਰਕਾਰ ਤੁਹਾਡੀ ਰਹੀ, ਕਿਸਾਨਾਂ ਨੂੰ ਫਸਲ ਦਾ ਭਾਅ ਨਹੀਂ ਮਿਲਿਆ, 7 ਲੱਖ ਦੇ ਕਰੀਬ ਕਿਸਾਨ ਸੁਸਾਈਡ ਕਰ ਗਏ, ਉਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਚੋਣ ਮੈਨੀਫੈਸਟੋ 'ਚ ਕਿਸਾਨਾਂ ਦੇ ਕਰਜ਼ੇ ਦੀ ਤਾਂ ਗੱਲ ਹੀ ਕਿਤੇ ਨਹੀਂ, ਬੋਲੋ ਕਿਸਾਨਾਂ ਦੇ ਕਰਜ਼ੇ 'ਤੇ ਕੀ ਹੈ, ਸਵਾਲ ਪੁੱਛਾਂਗੇ ਉਹਨਾਂ ਤੋਂ ਵੀ, ਇਹ ਉਹਨਾਂ ਨੂੰ ਬਖਸ਼ਾਂਗੇ ਨਹੀਂ, ਔਰ ਹਰ ਇੱਕ ਦੋਤੋਂ ਕੋਲੋਂ ਅਸੀਂ ਸਵਾਲਾਂ ਦੇ ਜਵਾਬ ਲਵਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਜਗਜੀਤ ਸਿੰਘ ਡੱਲੇਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਨੇ, ਅਤੇ ਨਾਲ ਹੀ SKM ਰਾਜਨੀਤਿਕ ਦੇ ਜਿਹੜੇ ਆਗੂ ਨੇ। ਤਾਂ ਅੱਜ ਦਾ ਜਿਹੜਾ
जो भी घटना वापरी है। एक पिंड हंसराज हंस का प्रोग्राम हों तो उत्थे किसान ते किसान बीबिया ते नाल बच्चे जदों उन्हां दा जाम ला के विरोध करने की कोशिश करते हैं तो उन्होंने हिरासत में लिया जाता है। तो उस तो बाद जिहड़ा अज ये कैमरे सामने सीधे तौर पर आए हैं कि साड़ी अगली रूपरेखा यह है कि असी सवाल लगातार करांगे पिंडां दे विच जिथे जिथे जाणगे सवाल करांगे। नाल उन्होंने भी कहता है कि दूजिया राजनीतिक पार्टियां दे आगुआं नूं भी साडे सवाल होणगे। तो दूजे पासे हंसराज हंस ने भी सीधे तौर पर कहता है कि वह पिंडां दे विच घर घर हर थां ते जाणगे किसानां कोले जाणगे उन्हां दा कोई प्रोग्राम कैंसल नहीं होगा। तो देखते हैं हुण आने वाले समय के क्योंकि इन्होंने कल की एक मीटिंग भी जी रख ली है किसानों के नाल गलबात करन दी कि अगली किस तरीके की रूपरेखा होगी। देखते हैं हुण आने वाले समय के किसानों का तो भारतीय जनता पार्टी का ज दूजिया राजनीतिक पार्टियां के आगुआ का किस तरीके का मसला रहिंदा ज कितना कितने जिहड़ा ये रुकदा है। गुरजीत सिंह रमाणा D5 चैनल पंजाबी फरीदकोट। निडर हाँ, निरपक्ष हाँ, आजाद हाँ, सच कहां गल करांगे सियासी हवा दी होणगे हुकमराना नूं सीधे सवाल। सब तो पहला पहुंचावांगे तुहाडे तक सिर्फ सच्ची खबर। दसांगे कौन कर रहा है थोड़े ते सफर। विदेशां च बैठे पंजाबियां दे हक दी करांगे गल। कैनेडा दी हर सियासी खबर लेके आवांगे तुहाडे वल। उभरांगे पंजाब दी आवाज बन के। होणगे हर पहलू ते रोज चर्चे। खुल्लांगे अंदरूनी राज। बणांगे बुलंद आवाज। खेड सिक्ख्या सेहत खेती दी बात पावांगे। हर पिंड हर शहर जावांगे। मनोरंजन नाल जुड़े कलाकारां नाल करवावांगे मुलाकात। संघर्षां वाली जिंदगी ते मारांगे चाल। की ने साडे कानून फर्ज ते अधिकार। की करदी है साडी सरकार। की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म धरोहर सेहत और संस्कृति की होगी बात। अब D5 चैनल हिंदी भी होगा सर। D5 चैनल पंजाबी अपनी धरती अपने लोग। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी जिहड़ा लॉन्च हो चुका है हुण कैनेडा विच।